इत्थे मैं ये भी बड़ी निडरता दे नाल कहिंदा हां, अज कानून विच तब्दीली हुई ते असीं सावधान हो गए। असीं प्रबंध तो बिल्कुल दुखी हां। ये श्रोमणी गुरुद्वारा प्रबंधक कमेटी दीआं चोणां होण ते सच्चे सुचे सिखां दे हथ विच प्रबंध आवे, जिहड़े नितनेमी होण, चढ़दी कला वाले होण। सो पिछे जो कुछ होया वह ना सानू अज भुलिया, ना सानू कल भुलना है। पर धामी साहब तुहाडे तो कौम जवाब मंगदी आ, तुसी पंथ नू क्यों भंबल भूसे विच पाया होया? तुहाडे कोल बड़ी वड्डी पावर है, SGPC दे प्रधान हो तुसी। इत्थे गल मर्यादा दी, असीं मर्यादा दे मुताबक अपनी गल कर रहे हैं। इस करके धामी साहब श्रोमणी कमेटी दे बड़े वड्डे अहुदे दे, उहनां नू सच बोलना चाहीदा, कौम इहदा जवाब सुनना चाहुंदी। ते जिहड़ा जिहड़ा जनरल इजलास SGP ने सद्या वा, उहदे विच छोटी मोटी नोक झोक तो बाद उहनू पास किया गया है। मैं समझदा इह चंगी गल है, इह बहुत वधिया इक कदम इस नूं समझिया जाऊगा। जिहड़ी मैं चिट्ठी लिखी सी, किते ना किते उहनू भी बूर पैंदा नजर आऊगा। पर इत्थे मैं ये भी बड़ी निडरता दे नाल कहिंदा हां, अज कानून विच तब्दीली हुई ते असीं सावधान हो गए। मैं भी होया, क्योंकि यह बड़ा जरूरी है सिखां दा कट्ठे होना। पर SGPC बड़े चिर तो चलदी आ रही, उहदा प्रबंध बड़े चिरां तो चलदा आ रहा है। पिछले समय गुरु ग्रंथ साहिब दी बेअदबी होई है, साडे सिंघ शहीद होए ने। हुण गुरु ग्रंथ साहिब साडी कौम दे वास्ते, हर गुरसिख दे वास्ते बड़ी अहमियत रखदा। जदों असीं सारिआं पासिआं तों टुट जांदे आ ना, कोई सहारा नहीं लभदा। हर गुरु दा सिख गुरु ग्रंथ साहिब दे अगे अरदास करदा ते गुरु साहिब उहदी अरदास सुणदे वी आ। गुरु साहिब दी बेअदबी होई, सौदे साध नूं माफ़ी दित्ती गई, सिख संगतां सड़कां उत्ते फिरदियां रहियां, गोलियां चलदियां रहियां, सिंघ शहीद हुंदे रहे। सरबत खालसा वालों थापे जिहड़े जथेदार उन्हां नूं चुक के जेलां विच सुट्टिया जांदा रहा, देश धरोह दे केस भी पैंदे रहे। पर श्रोमणी गुरुद्वारा प्रबंधक कमेटी चलाउण वाले सज्जन जवाब देण, यह इजलास उदों बुलाउणे क्यों नहीं सी जरूरी? उदों क्यों नहीं बुलाए गए? उदों क्यों नहीं बुलाए गए? सब तो वड्डा तां गुरु हुंदा है ना, क्यों नहीं बुलाए गए? ਉਦੋਂ ਬੁਲਾਇਆ ਗਿਆ ਸੀ, ਇਹਨੂੰ ਮਾਨਤਾ ਦੇਣ ਲਈ ਬੁਲਾਇਆ ਗਿਆ ਸੀ। ਅਕਾਲ ਤਖ਼ਤ ਦੇ ਜਿਹੜਾ ਆਦੇਸ਼ ਹੋ ਗਿਆ ਸੀ, ਫੈਸਲੇ ਨੂੰ ਮਾਨਤਾ ਦੇਣ ਦੇ ਲਈ ਬੁਲਾਇਆ ਗਿਆ ਸੀ ਇਜਲਾਸ। ਹਾਂ, ਫਿਰ ਇਸ ਤਰ੍ਹਾਂ ਵਾਂ ਕਿ ਅਸੀਂ ਪ੍ਰਬੰਧ ਤੋਂ ਬਿਲਕੁਲ ਦੁਖੀ ਹਾਂ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤੇ ਸੱਚੇ ਸੁੱਚੇ ਸਿੱਖਾਂ ਦੇ ਹੱਥ ਵਿੱਚ ਇਹ ਪ੍ਰਬੰਧ ਆਵੇ, ਜਿਹੜੇ ਨਿਤਨੇਮੀ ਹੋਣ, ਚੜ੍ਹਦੀ ਕਲਾ ਵਾਲੇ ਹੋਣ, ਪੱਖਵਾਦ ਤੋਂ ਉੱਪਰ ਉੱਠ ਕੇ ਉਹ ਕੋਈ ਗੱਲ ਕਰ ਸਕਦੇ ਹੋਣ, ਉਹਨਾਂ ਦੇ ਕਿਸੇ ਪਾਰਟੀ ਦਾ, ਕਿਸੇ ਪ੍ਰਧਾਨ ਦਾ ਕੋਈ ਦਬਾਅ, ਕੋਈ ਕੁੰਡਾ ਨਾ ਹੋਵੇ। ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਉਹਨਾਂ ਨੂੰ ਡਰ ਪਏ ਹੋਵੇ, ਇਹੋ ਜਿਹਾ ਪ੍ਰਬੰਧ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਹੈ। ਸੋ ਪਿੱਛੇ ਜੋ ਕੁਛ ਹੋਇਆ ਉਹ ਨਾ ਸਾਨੂੰ ਅੱਜ ਭੁੱਲਿਆ, ਨਾ ਸਾਨੂੰ ਕੱਲ੍ਹ ਭੁੱਲਣਾ ਹੈ। ਇਹ ਸਿਰਫ ਮਰੇ ਪਏ ਬੰਦਿਆਂ ਦੇ ਵਿੱਚ ਜਾਨ ਪਾਉਣ ਵਾਸਤੇ ਕੁਛ ਕੀਤਾ ਗਿਆ, ਪਰ ਅਸੀਂ ਫਿਰ ਵੀ ਕਹਿੰਦੇ ਹਾਂ ਦੇਰ ਆਏ ਦਰੁਸਤ ਆਏ ਕੋਈ ਗੱਲ ਨਹੀਂ। ਪਰ ਧਾਮੀ ਸਾਹਿਬ
ਤੁਹਾਡੇ ਤੋਂ ਕੌਮ ਜਵਾਬ ਮੰਗਦੀ ਆ ਤੁਸੀਂ ਪੰਥ ਨੂੰ ਕਿਉਂ ਭੰਬਲ ਭੁੱਸੇ ਵਿੱਚ ਪਾਇਆ ਹੋਇਆ ਤੁਹਾਡੇ ਕੋਲ ਬੜੀ ਵੱਡੀ ਪਾਵਰ ਆ SGPC ਦੇ ਪ੍ਰਧਾਨ ਹੋ ਤੁਸੀਂ ਤੁਹਾਡਾ ਬੋਲਿਆ ਮੈਕ ਦੇ ਉੱਤੋਂ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸਾਰੀ ਕੌਮ ਸੁਣਦੀ ਹੈ ਪਰ ਤੁਹਾਡੀ ਏਡੀ ਵੱਡੀ ਕੀ ਮਜਬੂਰੀ ਆ ਤੁਸੀਂ ਸਿੱਧੇ ਤੌਰ ਦੇ ਉੱਤੇ ਆਪਣੀ ਪਾਵਰ ਵਰਤ ਕੇ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਜਿਹੜੀ ਗੱਲ ਦਾ ਰੌਲਾ ਬੱਚੇ ਵਿੱਚ ਪਿਆ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕਰ ਲਿਆ ਉਹ ਸਾਰਿਆਂ ਦੇ ਸਾਹਮਣੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਦੇ ਵਿੱਚ ਜਿਹੜਾ ਗੁਰਬਾਣੀ ਦਾ ਪਸਾਰ ਆ ਉਹ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਜਿਹੜਾ ਆਪਣਾ ਚੈਨਲ ਆ ਆਪਣੇ ਮਾਧਿਅਮ ਦੇ ਰਾਹੀਂ ਅਸੀਂ ਇਹਦਾ ਜਿਹੜਾ ਪ੍ਰਸਾਰ ਆ ਉਹ ਕਰਾਂਗੇ ਇਹ ਬਿਆਨ ਤੁਹਾਡੇ ਮੂੰਹ ਤੋਂ ਕਿਉਂ ਨਹੀਂ ਨਿਕਲ ਰਿਹਾ ਤੁਸੀਂ ਸੱਚ ਬੋਲੋ ਇਹ ਪ੍ਰਧਾਨਗੀ ਸਾਲ ਬਾਅਦ ਫਿਰ ਬਦਲੀ ਜਾਂਦੀ ਹੈ ਸੱਚ ਬੋਲੋਗੇ ਇਤਿਹਾਸ ਵਿੱਚ ਤੁਹਾਡੇ ਨਾਂ ਦੇ ਕਿੱਲੇ ਲੱਗਣਗੇ ਪਰ ਤੁਸੀਂ ਇਸ ਗੱਲ ਨੂੰ ਟਾਲੋ ਨਾ ਗੋਗਲੂਆਂ ਤੋਂ ਮਿੱਟੀ ਨਾ ਝਾੜੋ ਜਿੱਥੇ ਗੱਲ ਸਪਸ਼ਟ ਕਰਨ ਦੀ ਲੋੜ ਆ ਸਰਬੱਤ ਖਾਲਸੇ ਦਾ ਕਾਰਜਕਾਰੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਦੇ ਵਿੱਚ ਮੈਨੂੰ ਕਈ ਲੋਕ ਇਹ ਵੀ ਕਹਿੰਦੇ ਨੇ ਮੰਡ ਸਾਹਿਬ ਏਕਤਾ ਕਰਦੇ ਨੇ ਬਾਦਲਾਂ ਨਾਲ ਹੱਥ ਮਿਲਾ ਲਿਆ ਮੰਡ ਸਾਹਿਬ ਮੁੱਖ ਮੰਤਰੀ ਨੂੰ ਛੱਡਦੇ ਨੇ ਐਕਟ ਦਾ ਵਿਰੋਧ ਕਰਦੇ ਨੇ ਬਾਦਲਾਂ ਨਾਲ ਹੱਥ ਮਿਲਾ ਲਿਆ ਨਹੀਂ ਬਾਦਲ ਸਾਡੇ ਦੋਸ਼ੀ ਨੇ ਕੌਮ ਦੇ ਉਹਨਾਂ ਤੋਂ ਕੌਮ ਨੇ ਜਵਾਬ ਲੈਣਾ ਹੈ ਉਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਬਾਦਲਾਂ ਨਾਲ ਰਲਣ ਦੀ ਕੋਈ ਗੱਲ ਨਹੀਂ ਹੋ ਸਕਦੀ ਇੱਥੇ ਗੱਲ ਹੈ ਸਿਧਾਂਤ ਦੀ ਇੱਥੇ ਗੱਲ ਹੈ ਮਰਜ਼ਾਦਾ ਦੀ ਅਸੀਂ ਮਰਜ਼ਾਦਾ ਦੇ ਮੁਤਾਬਕ ਆਪਣੀ ਗੱਲ ਕਰ ਰਹੇ ਹਾਂ ਇਸ ਕਰਕੇ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਬੜੇ ਵੱਡੇ ਅਹੁਦੇ ਤੇ ਉਹਨਾਂ ਨੂੰ ਸੱਚ ਬੋਲਣਾ ਚਾਹੀਦਾ ਕੌਮ ਇਹਦਾ ਜਵਾਬ ਸੁਣਨਾ ਚਾਹੁੰਦੀ ਹੈ।